ਦੇ ਵਿੱਚ ਮਨਪ੍ਰੀਤ ਇਯਾਲੀ ਦੇ ਹੱਕ ਵਿੱਚ ਹੋਏ ਵਿਸ਼ਾਲ ਇਕੱਠ ਦੀ ਜਿਵੇਂ ਹੀ ਪੰਜਾਬ 'ਚ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਤਿਵੇਂ ਹੀ ਪੰਜਾਬ ਦੇ ਨਾਲ ਨਾਲ ਦੇਸ਼ਾਂ 'ਚ ਵੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਲੰਘੇ ਵੀਕਐਂਡ 'ਤੇ ਐਡਮਿੰਟਨ 'ਚ ਮਨਪ੍ਰੀਤ ਇਯਾਲੀ ਦੇ ਹਮਾਇਤੀ ਵੱਡੀ ਸੰਖਿਆ 'ਚ ਇਕੱਠੇ ਹੋਏ ਅਤੇ ਇਯਾਲੀ ਦੀ ਹਮਾਇਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਇਸ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਮੁੱਖ ਪ੍ਰਬੰਧਕ ਜਸਕਰਨ ਦਿਓਲ ਨੇ ਮਨਪ੍ਰੀਤ ਇਯਾਲੀ ਵੱਲੋਂ ਆਪਣੇ ਹਲਕੇ ਦੇ ਵਿਕਾਸ ਲਈ ਪਾਏ ਗਏ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ ਇਕੱਠ ਸ਼ਾਮਲ ਹੋਏ ਵੱਡੀ ਸੰਖਿਆ 'ਚ ਹਾਜ਼ਰ ਲੋਕਾਂ ਨਾਲ ਇਯਾਲੀ ਨੇ ਸਕਾਈਪ ਰਾਹੀਂ ਗੱਲਬਾਤ ਵੀ ਕੀਤੀ ਅਤੇ ਵਿਰੋਧੀ ਸਿਆਸੀ ਪਾਰਟੀਆਂ 'ਤੇ ਦੋਸ਼ ਲਾਉਂਦੇ ਹੋਏ ਇਯਾਲੀ ਨੇ ਕਿਹਾ ਕਿ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦੀ ਜਾਣ ਬੁੱਝ ਕੇ ਆਲੋਚਨਾ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਮਨਪ੍ਰੀਤ ਇਯਾਲੀ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਗਏ ਨੇ ਐਡਮਿੰਟਨ ਦੇ ਵਿੱਚ ਬਹੁਤ ਵੱਡੀ ਗੈਦਰਿੰਗ ਹੋਈ ਹੈ ਰੋਇਲ ਬੈਂਕਟ ਹਾਲ ਦੇ ਵਿੱਚ ਇਹ ਜਿਹੜਾ ਇਕੱਠ ਇਹ ਸਾਡੇ ਹਲਕਾ ਦਾਖਾ ਤੋਂ ਜਿਹੜੀ ਜ਼ਿਮਨੀ ਚੋਣ ਆ ਰਹੀ ਆ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਸਪੋਰਟਰਸ ਵੱਲੋਂ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਇਕੱਠ ਕੀਤਾ ਗਿਆ ਵਾ ਬਹੁਤ ਵੱਡਾ ਇਕੱਠ ਆ ਐਡਮਿੰਟਨ ਸ਼ਹਿਰ ਦੇ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਸਾਰ ਅਗਲੇ ਦਿਨ ਐਡਾ ਵੱਡਾ ਪ੍ਰੋਗਰਾਮ ਉਹ ਵੀ ਵਿਦੇਸ਼ਾਂ ਦੀ ਧਰਤੀ 'ਤੇ ਹੋ ਜਾਣਾ ਅਤੇ ਐਡਮਿੰਟਨ ਵਰਗੇ ਸ਼ਹਿਰ ਦੇ ਵਿੱਚ ਬਹੁਤ ਸ਼ੁਭ ਸੰਕੇਤ ਆ ਅਤੇ ਯਾਲੀ ਸਾਹਿਬ ਪਰਸਨਲੀ ਬੜੇ ਵਧੀਆ ਬੰਦੇ ਆ ਮੈਂ ਇੰਡੀਆ ਗਿਆ ਸੀ ਮੇਰਾ ਐਕਸੀਡੈਂਟ ਹੋਇਆ ਉਹਨਾਂ ਨੇ ਜਾਣੀ ਮੈਂ ਹੋਸਪਿਟਲ ਰਿਹਾ ਉਹਨਾਂ ਨੇ ਬੜੀ ਮੇਰੀ ਹੈਲਪ ਕੀਤੀ ਕਿਉਂਕਿ ਉਹ ਹਾਲਾਂਕਿ ਉਦੋਂ MLA ਹੈ ਨਹੀਂ ਸੀ ਪਰ ਫਿਰ ਵੀ ਬਿਨਾਂ ਇੱਕ ਇਨਸਾਨੀਅਤ ਤੌਰ 'ਤੇ ਬੜੀ ਵਧੀਆ ਹੈਲਪ ਕੀਤੀ ਉਹਨਾਂ ਨੇ ਬਾਕੀ ਇੱਕ ਉਹਨਾਂ ਦੀ ਹੋਰ ਵਧੀਆ ਗੱਲ ਆ ਜਦੋਂ ਚੇਅਰਮੈਨ ਸੀਗੇ ਉਸ ਇਲਾਕੇ ਦੇ ਉਦੋਂ ਕਾਂਗਰਸ ਦਾ ਰਾਜ ਸੀਗਾ ਉਹਨਾਂ ਨੇ ਜਾਣੀ ਪੈਸੇ ਲੈ ਕੇ ਆਪਣੇ ਕਾਂਗਰਸ ਗੌਰਮੈਂਟ ਤੋਂ ਇਸ ਇਲਾਕੇ ਇਲਾਕੇ ਦੇ ਵਿੱਚ ਜਿਹੜੀ ਬਹੁਤ ਵਧੀਆ ਕੰਮ ਕਰ ਕੀਤੇ ਅਤੇ ਗਰਾਊਂਡਾਂ ਬਣਾਈਆਂ ਅਤੇ ਆਪਣੇ ਟੋਭੇ ਜਿਹੜੇ ਸੀ ਉਹ ਸਾਰੇ ਭਰੇ ਸਾਡੇ ਪਿੰਡ ਜਿਹੜਾ ਟੋਭਾ ਸੀ ਮਤਲਬ ਉਹ 'ਚ 3000 ਟਰਾਲੀ ਮਿੱਟੀ ਦੀ ਸਿੱਟੀ ਹੋਰ ਪਿੰਡਾਂ ਦੇ ਵਿੱਚ ਜਾਣੀ ਪਤਾ ਹੀ ਨਹੀਂ ਜਾਣੀ ਕਿੰਨੇ ਵਧੀਆ ਕੰਮ ਕੀਤੇ ਅੱਜ ਕੱਲ੍ਹ ਜਿਹੜੇ ਬਜ਼ੁਰਗ ਆ ਉੱਥੇ ਚਲੋ ਤੁਰ ਲੈਂਦੇ ਆ ਵਾਕ ਕਰ ਲੈਂਦੇ ਆ ਆਪਦਾ ਐਕਸਰਸਾਈਜ਼ ਲੈਂਦੇ ਆ ਲੱਗਦਾ ਆ ਕਿ ਜਿਹੜਾ ਇਕੱਠ ਹੋਇਆ ਆ ਲੋਕਾਂ ਨੇ ਬੜਾ ਵੱਡਾ ਹੰਗਾਰਾ ਭਰਵਾਂ ਹੰਗਾਰਾ ਦਿੱਤਾ ਸਾਨੂੰ ਇੱਥੇ ਇਸ ਗੱਲ ਤੋਂ ਸਾਨੂੰ ਬਹੁਤ ਲੱਗਦਾ ਹੈ ਵੀ ਇਹ ਸਾਰੇ ਬੰਦੇ ਸਪੋਰਟ ਆ ਬਾਈ ਦੇ ਇਸ ਕਰਕੇ ਇਹਨਾਂ ਨੇ ਸਾਨੂੰ ਬਹੁਤ ਕੀਮਤੀ ਟਾਈਮ ਕੱਢ ਕੇ ਅੱਜ ਸਾਡੇ ਨਾਲ ਇੱਥੇ ਇਕੱਠੇ ਹੋਏ ਵੱਖੋ ਵੱਖ ਉਮੀਦਵਾਰਾਂ ਵੱਲੋਂ ਹੁਣ ਕੀਤਾ ਜਾ ਰਿਹਾ ਐਡਮਿੰਟਨ ਦੇ ਵਿੱਚ ਆਪੋ ਆਪਣੇ ਚੋਣ ਤੱਤਾਂ ਦਾ ਉਦਘਾਟਨ ਫੈਡਰਲ ਚੋਣਾਂ ਦੀ ਤਰੀਕ 21 ਅਕਤੂਬਰ ਜਿਉਂ ਹੀ ਨੇੜੇ ਆ ਰਹੀ ਹੈ ਤਿਉਂ ਤਿਉਂ ਐਡਮਿੰਟਨ ਵਿੱਚ ਸਿਆਸੀ ਸਰਗਰਮੀਆਂ ਜ਼ੋਰ ਫੜ ਰਹੀਆਂ ਨੇ ਵੱਖੋ ਵੱਖ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੇ ਸ਼ੁਰੂ ਕੀਤੇ ਜਾ ਰਹੇ ਦਫ਼ਤਰਾਂ ਦੀ ਲੜੀ ਤਹਿਤ ਲੰਘੇ ਵੀਕਐਂਡ 'ਤੇ ਹਲਕਾ ਮਿਲਵੁੱਡਸ ਤੋਂ MP ਲਈ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਟਿਮ ਉੱਪਲ ਦੇ ਦਫ਼ਤਰ ਦਾ ਉਦਘਾਟਨ ਮਿਲਵੁੱਡ ਖੇਤਰ 'ਚ ਕੀਤਾ ਗਿਆ ਜਿੱਥੇ ਵੱਡੀ ਸੰਖਿਆ 'ਚ ਟਿਮ ਉੱਪਲ ਦੇ ਹਮਾਇਤੀ ਇਕੱਠੇ ਹੋਏ ਇਸ ਮੌਕੇ 'ਤੇ ਅਲਬਰਟਾ ਸੂਬਾ ਸਰਕਾਰ ਦੇ ਕਈ ਨਵੇਂ ਅਤੇ ਪੁਰਾਣੇ ਵਿਧਾਇਕਾਂ ਸਮੇਤ ਵੱਖੋ ਵੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ ਕਾਫੀ ਚਿਰ ਹੋ ਗਿਆ ਸਾਨੂੰ ਹੁਣ ਡੋਰ ਨੋਕਿੰਗ ਕਰਦੇ ਨੂੰ ਬਹੁਤ ਸਾਰੇ ਡੋਰਾਂ 'ਤੇ ਗਏ ਹਾਂ ਅਤੇ ਉਹਨਾਂ ਨਾਲ ਲੋਕਾਂ ਨਾਲ ਗੱਲ ਕਰ ਰਹੇ ਹਾਂ ਮੋਸਟਲੀ ਲੋਕ ਇਹ ਦੱਸ ਰਹੇ ਆ ਵੀ ਜਿਹੜੇ ਪਿਛਲੇ 3-4 ਸਾਲਾਂ ਦੇ ਵਿੱਚ ਇਕਨੋਮਿਕ ਸਿਚੁਏਸ਼ਨ ਬਹੁਤ ਖਰਾਬ ਰਿਹਾ ਜੀ ਲੋਕਾਂ ਦੇ ਕਹਿ ਲਓ ਵੀ ਸਰਦਾ ਵਾ ਬਟ ਅੱਗੇ ਨਹੀਂ ਹੋ ਰਹੇ ਰਾਈਟ ਦੇ ਕੈਰਿੰਗ ਬਾਏ ਬਦਨਾ ਕੈਰਿੰਗ ਹੈ ਸੋ ਉਸ ਗੱਲ ਨੂੰ ਅਸੀਂ ਇਹਨਾਂ ਸੋਲਵ ਕਰਾਂਗੇ ਪਹਿਲਾਂ ਜਿਹੜੇ ਇਹ ਲਿਬਰਲ ਬਿਲਸ ਲਿਆਉਂਦੇ ਨੇ C-69 ਅਤੇ 48 ਦੋਨੇ ਬਿੱਲ ਆਪਣੇ ਸਪੈਸੀਫਿਕਲੀ ਅਲਬਰਟ ਦੀ ਇਕਾਨਮੀ ਨੂੰ ਇਫੈਕਟ ਪਾ ਰਹੇ ਆ ਇਹਦੇ ਕਰਕੇ ਕੰਮ ਰੁਕੇ ਹੋਏ ਨੇ ਕੁਛ ਇਹੋ ਜਿਹੀ ਇਨਵੈਸਟਮੈਂਟ ਆ ਹੁਣ ਅਲਬਰਟ ਤੋਂ ਚਲੀ ਗਈ ਕਿ ਨਵੇਂ ਇਨਵੈਸਟਰ ਆ ਨਹੀਂ ਰਹੇ ਸੋ ਵੀ ਵਿਲ ਮੇਕ ਦੋਸ ਚੇਂਜਸ ਲੋਕਾਂ ਨੇ ਦੇਖ ਵੀ ਲਿਆ ਟੋਟਲ ਸਰਕਾਰ ਵੀ ਦੇਖ ਲਈ ਹੈ ਲਾਸਟ 5-4 ਸਾਲ ਤੋਂ ਹੁਣ ਸਾਡੀ ਵਾਰੀ ਆ ਗਈ ਆ ਅਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਊਗੀ ਅਲਬਰਟਾ ਸਰਕਾਰ ਵੱਲੋਂ